ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕਮ। ਉਮੀਦ ਕਰਨੀ ਆ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਅੱਲਾਹ ਪਾਕ ਤੁਹਾਨੂੰ ਖੁਸ਼ ਅਤੇ ਆਬਾਦ ਰੱਖੇ, ਹੱਸਦਿਆਂ ਮੁਸਕਰਾਉਂਦਿਆਂ ਰੱਖੇ। ਇਸੇ ਦੁਆ ਦੇ ਨਾਲ ਅੱਜ ਦਾ ਵਲਾਗ ਕਰ ਲੈਣੇ ਸ਼ੁਰੂ। ਕੱਲ੍ਹ ਵਾਸਤੇ ਸਾਰੇ ਦੋਸਤ ਦੁਆ ਕਰਨ, ਕੱਲ੍ਹ ਟੂਰਨਾਮੈਂਟ ਦੀ ਪਹਿਲੀ ਫੜਕ ਉੱਡੇਗੀ ਅਤੇ ਡੇਰੇ ਜਾ ਰਹੇ ਹਾਂ ਅਤੇ ਜਾ ਕੇ ਦੇਖਣਾ, ਉਸਤਾਦਾਂ ਕੋਲੋਂ ਪੁੱਛਣੇ ਆ ਕਿ ਕਿਹੜਾ ਕਿਹੜਾ ਸਿਲੈਕਟ ਕੀਤਾ ਕਬੂਤਰ ਕੱਲ੍ਹ ਉਡਾਉਣੇ ਵਾਸਤੇ, ਅਤੇ ਫਿਰ ਤੁਹਾਨੂੰ ਉਹ ਦਿਖਾਉਂਦੇ ਹਾਂ। ਅਤੇ ਬਾਕੀ ਦੇਖੋ ਮਾਸ਼ਾ ਅੱਲਾ ਸੂਬਾ ਸੂਬਾ ਦਾ ਮੰਜ਼ਰ, ਸੂਬਾ ਸੂਬਾ ਦਾ ਤਾਂ ਨਹੀਂ ਉਹ ਕਹਿ ਸਕਦੇ, ਤਕਰੀਬਨ 8 ਤੋਂ ਉੱਪਰ ਹੀ ਟਾਈਮ ਹੋ ਗਿਆ। ਪਰ ਮੈਂ ਅੱਜ ਫਿਰ ਜਲਦੀ ਜਾ ਰਿਹਾ ਡੇਰੇ, ਤਾਂ ਵਾਸਤੇ ਸੂਬਾ ਸੂਬਾ ਚੱਸਲ ਹੁੰਦੀ ਹੈ ਨਾ 5-6 ਵਜੇ, ਅਤੇ ਉਹ ਸਾਹਮਣੇ ਤੁਹਾਨੂੰ ਡੇਰਾ ਨਜ਼ਰ ਆ ਰਿਹਾ, ਅਤੇ ਜਾ ਕੇ ਫਿਰ ਤੁਹਾਨੂੰ ਕਬੂਤਰ ਦਿਖਾਉਂਦੇ ਹਾਂ। ਜਿਤਨੇ ਵੀ ਦੋਸਤ ਚੈਨਲ 'ਤੇ ਨਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਵੀਡੀਓ ਨੂੰ ਲਾਈਕ ਵੀ ਕਰੋ, ਦੋਸਤਾਂ ਨੂੰ ਸ਼ੇਅਰ ਕਰੋ। ਅਸਲਾਮ ਅਲੈਕਮ ਟੀਮ ਸਾਹਿਬ, ਡਾਕਟਰ ਸਾਹਿਬ, ਹੋਰ ਵੀ 2-3 ਖਿਤਾਬ ਹੈ ਤੁਹਾਡੇ, ਉਹ ਹੀ ਕਹਿ ਨਾ ਕਿਹੜਾ ਸੇਲ ਮੈਨੇਜਰ ਸਟੇਟ ਲਾਈਫ। ਹਾਂ ਬਿਲਕੁਲ, ਅਤੇ ਦਵਾਈ ਟੀਕਾ ਕਰਨ ਆਏ ਭਰਾਓ ਅਤੇ ਦੋਸਤੋ, ਕਬੂਤਰ ਤਾਂ ਡਾਏ ਨੇ, ਅੱਜ ਵੀਡੀਓ ਸਾਰਿਆਂ ਦੀ ਸਹੀ ਨਹੀਂ ਬਣ ਸਕੀ, ਹੁਣ ਬਦਾਮ ਲੈਣ ਆਇਆ। ਅਤੇ ਦਵਾ ਸ਼ਾਹ ਵੀ ਕਰਿਓ, ਟੂਰਨਾਮੈਂਟ ਸਭ ਖਿਲਾੜੀਆਂ ਦਾ ਅੱਛਾ ਗੁਜ਼ਰੇ, ਮੌਸਮ ਸ਼ੌਸਮ ਠੀਕ ਰਹੇ ਨਾ। ਕੈਮਰੇ ਵਿੱਚ ਦੱਸੋ ਬਦਾਮ ਠੀਕ ਨੇ, ਇਤਨੇ ਠੀਕ ਹੋ ਗਿਆ ਕਿ ਇਹਨਾਂ ਨੂੰ ਪਹਿਲਾਂ ਥੋੜ੍ਹੀ ਨਾਲ ਭੰਨਣਾ, ਇਹਨਾਂ 'ਚੋਂ ਗਿਰੀਆਂ ਕੱਢਣੀਆਂ ਨੇ, ਉਸ ਤੋਂ ਬਾਅਦ ਗਰਮ ਪਾਣੀ ਵਿੱਚ ਪਾਉਣੀਆਂ ਨੇ ਗਿਰੀਆਂ, ਬਿਲਕੁਲ ਥੋੜ੍ਹਾ ਜਿਹਾ ਸੈਕਾ ਦੇਣਾ ਮਾਮੂਲੀ ਜਿਹਾ, ਜ਼ਿਆਦਾ ਦੀਆਂ ਖਰਾਬ ਹੋ ਜਾਂਦੀਆਂ, ਉਹਦਾ ਫਾਇਦਾ ਇਹ ਉਹਦਾ ਛਿੱਲੜ ਜ਼ਰਾ ਜਲਦੀ ਲੈ ਜਾਏਗੀ, ਅਤੇ ਖੁਰਾਕ ਤਿਆਰ ਕਰੀਏ, ਕਬੂਤਰਾਂ ਨੂੰ ਫਿਰ ਪਾਉਂਦੇ ਹਾਂ। ਮਾਸ਼ਾਅੱਲਾ ਜੀ ਤਿਆਰੀ ਕਰ ਰਹੇ ਹਾਂ ਸੁਬਾਹ ਜੋਈ, ਮਾਸ਼ਾਅੱਲਾ ਜੀ ਆਏ ਆ ਤੇ ਸਾਧ ਵੀ ਲੱਭ ਗਏ ਡੇਰੇ, ਕਬੂਤਰਾਂ ਸੱਤ ਦਾਲ ਹੈਲੋ ਪੂਛ ਗਈ ਹੋਣੀ ਹੈ ਚੌਥਾ ਦਿਨ ਹੈ ਕਿ ਨਹੀਂ। ਹਾਂ ਜੀ ਸਾਹਿਬ ਜੀ, ਜੀ ਭਾਈ ਹਾਲ ਚਾਲ ਨੇ? ਅੱਲਾ ਦਾ ਸ਼ੁਕਰ ਠੀਕ ਠਾਕ। ਸਾਡੇ ਦੇਖਣ ਵਾਲਿਆਂ ਨੂੰ ਕੱਲ੍ਹ ਜਿਹੜੇ ਡਾ ਰਹੇ ਹੋ ਕਬੂਤਰ ਸ਼ੂਤਰ ਜਾਂ ਕਬੂਤਰੀਆਂ ਜਾਂ ਨਾਰ ਮਾਦਾ ਜੇ ਕੋਈ ਹੁੰਦੀਆਂ ਨੇ, ਵਹਾਓ ਨਗਰ ਚਲੋ ਟੁਰੋ ਚਲੋ।
ਪਹਿਲਾਂ ਕੇ ਬਾਹਰ ਕਬੂਤਰ ਜਾਂ ਨਾਰ ਜਾਂ ਮਾਰ ਲੈ ਨਰਾਂ ਨੂੰ ਮਾਰ ਲਵੋ ਕੈਮਰਾ ਬਾਬਾ ਜੀ ਜਾ ਸ਼ਾਇਦ ਆ ਗਏ ਇਨਸ਼ਾਅੱਲਾ ਕਾਲਾ ਡਾਉਂ ਦੇ ਸੁਭਾ ਤੇ ਚਲ ਲੋ ਮੇਰੇ ਅੰਦਰ ਮਾਦੀਆਂ ਵੇਖਨੇ ਆ ਚਲ ਗੋਲਡਨ ਮਾਦੀ ਤੇ ਉਸਤਾਦ ਜੀ ਫਿਰ ਇਹ ਮਾਦੀਆਂ ਸਿਲੈਕਟ ਕੀਤੀਆਂ ਨੇ ਤੇ ਸਾਡੇ ਕਾਲੇ ਦੇ ਬਾਰੇ ਕੋਈ ਸੋਚਿਆ ਜੀ ਕਿ ਨਹੀਂ ਕੋਈ ਕਰੋ ਕਰੇ ਠੀਕ ਮਾਸ਼ਾਅੱਲਾ ਜੀ ਬੈਸਟ ਆਫ ਲੱਕ ਉਸਤਾਦ ਜੀ ਫਿਰ ਕੱਲ੍ਹ ਵਾਸਤੇ ਬਾਕੀ ਦੋਸਤ ਵੀ ਸਾਰੇ ਦੁਆਵਾਂ ਜੀ ਆਪ ਵਿੱਚ ਯਾਦ ਰੱਖਿਓ ਕਿ ਕਬੂਤਰ ਮਾਸ਼ਾਅੱਲਾ ਅੱਛੇ ਉੱਡਣ ਅਤੇ ਉਸਤਾਦ ਜੀ ਕੋਈ ਆਪਣੇ ਦੇਖਣੇ ਵਾਲਿਆਂ ਨੂੰ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਠੀਕ ਹੋ ਗਿਆ ਠੀਕ ਹੈ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤਾਂ 'ਚ ਵੀਡੀਓ ਸ਼ੇਅਰ ਕਰੋ ਲਾਈਕ ਵੀ ਕਰੋ ਅਤੇ ਫਿਰ ਨਵੀਂ ਵੀਡੀਓ ਵਿੱਚ ਦੁਬਾਰਾ ਚਲੋ ਅੰਦਰ ਮੈਂ ਆਇਆ ਜੀ ਆ ਬਾਬੂ ਮੈਂ ਸਲੇਟੀ ਮਾਦੀ ਬੜੀ ਮਿਹਰਬਾਨੀ ਜਿਹੜੇ ਦੇਖਦੇ ਨੇ ਉਹਨਾਂ ਦੀ ਨਵਾਸ਼ਵਾ ਕਰਨ ਹੋਈ ਨਾ ਲਹਿਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈ ਵੀਡੀਓ ਨੂੰ ਲਾਈਕ ਸ਼ੇਅਰ ਸਭ ਕੁਝ ਕਰੋ ਸਾਰੇ ਭਾਈ ਵੀਡੀਓ ਸ਼ੇਅਰ ਕਰਿਆ ਕਰੋ ਠੀਕ ਹੋ ਗਿਆ ਸਾਡੀ ਫਿਰ ਸਾਡੀ ਤਰਫੋਂ ਵੀ ਤੁਹਾਨੂੰ ਕੱਲ ਵਾਸਤੇ ਦੁੱਧ ਲਾ ਬੜੀ ਮਿਹਰਬਾਨੀ ਸਰ ਤੇ ਭਰਾਓ ਨਾਲ ਹੀ ਫਿਰ ਅੱਲਾ ਦੇ ਵਾਲੇ ਦਾਦਾ ਦੇ ਮਹਿਮਾਨ ਆਏ ਨੇ ਉੱਧਰ ਕਮਰੇ ਵੱਲ ਉੱਧਰ ਚੱਲੇ ਨੇ ਤੇ ਨਵੀਂ ਵੀਡੀਓ ਦਾ ਸਾਥ